गुरबाणी का फरमान है, पवन गुरु पानी पिता माता धरत महत। धरती की सांभ संभाल लई श्रोमणी गुरद्वारा प्रबंधक कमेटी वालों जिथे लगातार उपराले किए जाते हैं, तो उत्थे ही सिख कौम की मायनाज हस्ती सिंह साहिब ज्ञानी हरप्रीत सिंह वालों भी समुचे सिख जगत को वध तो वध रुख लगाने की पिछले दिनी ताकीद की गई सी। इस मुहिम की आरंभता उन्होंने वालों खुद पिंड फफड़े पाई के जिला मानसा विखे हथी पौधा लगा के की गई सी। हुण इस नूं अगे वधाउंदिआं वड्डे पद्धर ते तख्त श्री दमदमा साहिब विखे पौधे लगाए जा रहे ने, जिस बाबत सिंह साहिब ज्ञानी हरप्रीत सिंह होरां वल्लों समुच्चे सिख जगत नूं विशेष जानकारी दित्ती गई। वाहिगुरू जी का खालसा, वाहिगुरू जी की फतेह। साडे गुरु साहिबान ने सानूं जिथे पाणी दी संभाल करन दा उपदेश दित्ता है, हवा दी गुणवत्ता नूं बणाई रखण दी सिख्या दित्ती है, ਉੱਥੇ ਧਰਤੀ ਨੂੰ ਹਰਿਆ ਭਰਿਆ ਰੱਖਣ ਵਾਸਤੇ ਉਹਨਾਂ ਨੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਵੀ ਜਿਹੜੀ ਹੈ ਉਹ ਪ੍ਰੇਰਨਾ ਦਿੱਤੀ ਹੈ। ਆਪ ਵੀ ਉਹਨਾਂ ਨੇ ਬਾਗ ਲਾਏ ਹੈ, ਰੁੱਖ ਲਾਏ ਹੈ, ਔਰ ਸਿੱਖਾਂ ਨੂੰ ਵੀ ਕਿਹਾ ਕਿ ਇਸ ਧਰਤੀ ਨੂੰ ਜਿਹੜਾ ਹੈ ਉਹ ਹਰਿਆ ਭਰਿਆ ਰੱਖਣਾ ਸਾਡੇ ਇਨਸਾਨਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਹਰੀ ਭਰੀ ਧਰਤੀ ਹੀ ਸਾਨੂੰ ਜਿਹੜਾ ਹੈ ਉਹ ਹਰਾ ਭਰਾ ਰੱਖਣ ਦੇ ਲਈ ਸਹਾਈ ਹੁੰਦੀ ਹੈ। ਗੁਰੂ ਸਾਹਿਬਾਨ ਦੇ ਇਸ ਮਹਾਨ ਉਪਦੇਸ਼ ਨੂੰ ਸਾਕਾਰ ਰੂਪ ਦੇਣ ਵਾਸਤੇ ਦੁਨੀਆ ਭਰ ਦੇ ਵਿੱਚ ਸਿੱਖ ਜਥੇਬੰਦੀਆਂ ਸੰਸਥਾਵਾਂ ਵੱਧ ਤੋਂ ਵੱਧ ਰੁੱਖ ਲਾਉਂਦੀਆਂ ਨੇ, ਔਰ ਇਸੇ ਲੜੀ ਤਹਿਤ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਰੁੱਖ ਲਾਉਣ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਹੈ। ਮਾਲਵਾ ਵੈਲਫੇਅਰ ਕਲੱਬ ਵੱਲੋਂ ਸਾਡਾ ਸਹਿਯੋਗ ਦਿੱਤਾ ਗਿਆ। ਟਰਮੀ ਏਰੀਆ ਜਿਹੜਾ ਹੈਗਾ ਬਹੁਤ ਵੱਡੀ ਤਾਦਾਦ ਵਿੱਚ ਇੱਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਲਗਾਇਆ ਗਿਆ। ਬਹੁਤ ਹੀ ਸਾਡੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਜਿਹੜੇ ਕਿ ਰੁੱਖ ਲਾਉਣ ਵਾਲੇ ਪਾਸੇ ਬਹੁਤ ਜ਼ਿਆਦਾ ਪ੍ਰੇਰਨਾ ਵੀ ਦੇ ਰਹੇ ਨੇ, ਰੁੱਖ ਵੀ ਲਾ ਰਹੇ ਨੇ, ਉਹਨਾਂ ਵੱਲੋਂ ਵੀ 700 ਦੇ ਕਰੀਬ ਸਾਨੂੰ ਜਿਹੜਾ ਬੂਟਾ ਭੇਜਿਆ ਗਿਆ, ਜਿਹਦੇ ਵਿੱਚ ਨਿੰਮ ਹੈ, ਸਾਲ ਹੈ, ਅਮਰੂਦ ਹੈ, ਔਰ ਗੁਲਾਬੀ ਤੁਨ ਹੈ, ਕਦਮ ਹੈ, ਇਹ ਬੂਟੇ ਜਿਹੜੇ ਅਰਜਨ ਹੈ, ਸੁਖਚੈਨ ਹੈ, ਇਹ ਬੂਟੇ ਸਾਨੂੰ ਜਿਹੜੇ ਉਹ ਭੇਜੇ ਗਏ ਹੈ, ਜਿਹੜੇ ਅਸੀਂ ਮਾਲਵਾ ਵੈਲਫੇਅਰ ਕਲੱਬ ਦੇ ਸਹਿਯੋਗ ਦੇ ਨਾਲ ਅਤੇ ਸਾਡੇ ਜਿਹੜੇ ਹੋਰ ਸਾਡੇ ਸਹਿਯੋਗੀ ਵੀਰ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਆਉਣ ਵਾਲੇ 5-4 ਦਿਨਾਂ ਦੇ ਵਿੱਚ ਲਾਵਾਂਗੇ। ਅਤੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਧਰਤੀ ਨੂੰ ਹਰਿਆ ਭਰਿਆ ਰੱਖੀਏ, ਕਿਉਂਕਿ ਜਿੰਨਾ ਇਨਸਾਨ ਕੁਦਰਤ ਦੇ ਨਾਲ ਸਹਿਜ ਹੋ ਕੇ ਜ਼ਿੰਦਗੀ ਜਿਉਏਗਾ, ਉਨਾ ਹੀ ਇਨਸਾਨ ਜਿਹੜਾ ਹੈ ਉਹ ਤੰਦਰੁਸਤ ਰਹੇਗਾ, ਖੁਸ਼ ਰਹੇਗਾ, ਖੁਸ਼ਹਾਲ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।